ਯਾਰਾ ਸੁਖਵੀਰ ਬਾਦਲ ਨੂੰ ਵੀਰ ਮੇਰਾ ਕੌਣ ਦੇਖਦਾ ਯਾਰ, ਤੂੰ ਇਹਨੂੰ ਛੱਡਦਾ ਹੀ ਨੀ, ਕੋਈ ਹੋਰ ਦੇਖ ਲੈ ਕੋਈ। ਨਹੀਂ ਨਹੀਂ ਬਾਈ ਯਾਰ, ਮੈਂ ਇਹ ਦੇਖਦਾ ਪਿਆ, ਇਹ ਕਹਿੰਦਾ ਕਿ ਭਗਵੰਤ ਮਾਨ ਤੂੰ ਤੂੰ ਕਰਕੇ ਬੋਲੀ ਜਾਂਦਾ ਵਿਧਾਨ ਸਭਾ ਚ, ਇਹਨੂੰ ਮੁੱਖ ਮੰਤਰੀ ਬਣਾ ਕੇ ਰੱਖਤਾ ਤੁਸੀਂ। ਅੱਛਾ ਤੂੰ ਤਾਂ ਦੇਖ ਰਿਹਾ? ਤਾਂ ਮੈਨੂੰ ਗੱਲ ਸਮਝ ਨਹੀਂ ਲੱਗੀ। ਓ ਯਾਰ ਵੀਰੇ, ਆਪਦੀਆਂ ਗੱਲਾਂ ਕਹਿੰਦੇ ਆ ਬਾਅਦ ਭੁੱਲ ਜਾਂਦੇ ਆ ਨਾ, ਆਪਦੀਆਂ ਗੱਲਾਂ ਕੱਚ ਚ ਦੂਜੇ ਦੀਆਂ ਹੱਥ ਚ ਉਹ ਗੱਲ ਹੋ ਜਾਂਦੀ ਹੈ ਵੀਰੇ। ਅੱਛਾ, ਇਹਨਾਂ ਦਾ ਜਦੋਂ ਆਪਦਾ ਰਾਜ ਸੀਗਾ, ਹਾਂਜੀ, ਇਹ ਤਾਂ ਚਲੋ ਫਿਰ ਮੁੱਖ ਮੰਤਰੀ ਆ, ਇਹਨੇ ਤਾਂ ਪੀਏ ਨੀ ਮਾਨ ਆਉਂਦੇ ਸੀ ਵੀਰੇ ਇਹਨਾਂ ਦੇ। ਹਾਂ, ਉਹ ਤਾਂ ਡੀ ਇਹਨਾਂ ਦੇ ਪੀਏ ਤੱਕ ਡੀਐਸਪੀ ਨੂੰ ਗਾਲਾਂ ਕੱਢ ਦਿੰਦੇ ਸੀਗੇ, ਕਿੰਨੇ ਬਾਕੇ ਉਦੋਂ ਆਉਂਦੇ ਹੁੰਦੇ ਸੀ। ਹੋਰ ਤਾਂ ਹੋਰ ਯਾਰ, ਇਹਨਾਂ ਵਿਕਰਮ ਮਜੀਠੀਆ ਵਿਧਾਨ ਸਭਾ ਦੇ ਵਿੱਚ ਗਾਲਾਂ ਕੱਢ ਰਿਹਾ ਸ਼ਰੇਆਮ, ਇੱਥੋਂ ਤੱਕ ਕਹਿ ਰਿਹਾ ਉਹ ਬਾਈ ਬੰਦਾ, ਕਹਿੰਦਾ ਮੈਂ ਨਾ ਵੀ ਤੇਰੀਆਂ ਪੜ੍ਹ ਕੇ ਕਹਿੰਦਾ ਮੈਂ ਪੱਟ ਕੇ ਤੇਰੇ ਆਏ ਖਾਣੀ, ਆਪਾਂ ਬੋਲ ਨੀ ਸਕਦੇ ਵੀਡੀਓ ਚ, ਉੱਥੇ ਦੇ ਦੋ। ਇਹ ਯਾਰ ਗੱਲ ਪਤਾ ਕੀ ਆ, ਆਮ ਘਰਾਂ ਦਾ ਮੁੰਡਾ ਬਾਈ ਮੁੱਖ ਮੰਤਰੀ ਬਣ ਗਿਆ, ਹਾਂ, ਇਹਨਾਂ ਤੋਂ ਜਰ ਨਹੀਂ ਹੁੰਦਾ, ਬਸ ਇਹਨਾਂ ਕੋਲੇ ਹੋਰ ਕੋਈ ਮੁੱਦਾ ਨਹੀਂ। ਮੈਂ ਤਾਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੂੰ ਅਪੀਲ ਕਰਨੀ ਚਾਹੁੰਦਾ ਸਾਰੇ ਨੌਜਵਾਨਾਂ ਕੋਲੋਂ, ਵੀ ਬਾਈ ਜੀ ਡਟੇ ਰਹੋ, ਚੱਕ ਦੋ ਫੱਟੇ, ਇਹਨਾਂ ਚੋਰਾਂ ਨੇ ਜੋ ਸਾਡੇ ਪੰਜਾਬ ਦਾ ਲੁੱਟਿਆ ਸਾਰਾ ਕੁਛ ਕਢਾ ਲਓ ਇਹਨਾਂ ਤੋਂ, ਇਹਨਾਂ ਨੂੰ ਭਜਾਈ ਰੱਖੋ, ਬਾਣੀ ਪਾਈ ਰੱਖੋ, ਸਵਾਲ ਲਿਆਂਦਾ ਪਿਆ ਤੁਸੀਂ। ਮੁੱਖ ਮੰਤਰੀ ਸਾਹਿਬ ਡਟੇ ਰਹੋ ਮੈਦਾਨ ਚ, ਯੂਥ ਪੰਜਾਬ ਦੀ ਨਾਲ ਹੈ ਨਾਲ ਆ ਜੀ ਨਾਲ ਆ, ਬਿਲਕੁਲ ਬਾਈ, ਖਾ ਕੇ ਲੁੱਟ ਲੁੱਟ ਕੇ ਪੰਜਾਬ ਨੂੰ ਯਾਰ, ਬਿਲਕੁਲ ਸਹੀ ਕਰ ਰਹੇ ਨੇ ਜੋ ਮੁੱਖ ਮੰਤਰੀ ਸਾਹਿਬ ਨੇ ਧਰਤੀ ਤੇ ਲਿਆਂਦੇ ਪਏ ਨੇ ਬਾਈ ਇਹ। ਸਹੀ ਗੱਲ ਹੈ ਜੀ। ਹਾਂ।